सत श्रीकाल जी अज तो आप पढ़ा कि जी वर्ल्ड पोलिटिकल जोग्राफी इस टॉपिक बेस्ड यू पी एससी प्रीवियस ईयर के क्वेश्चन देखते हैं जी गिवन विलो इज़ ए मैप ऑफ सम्रीज विच वर पार्ट्स ऑफ द आर्स वाइल सोवीय यूनीयन ये पहला सोवियत यूनियन के पार्ट से जी ठीक विद वाटर बॉडीज शोन बाय शेड एरियाज आ जोड़ा शेडड एरिया काला काला है ये है जी वाटर बॉडीज ਇਹ ਵਾਟਰ ਬਾਡੀ ਵੀ ਇੰਪੋਰਟੈਂਟ ਆ ਤੇ ਆਪਾਂ ਨੂੰ ਜੇ ਬਹੁਤਾ ਨਹੀਂ ਪਤਾ ਇਹਨਾਂ ਪਤਾ ਕਿ ਆ ਜਿਹੜਾ ਹੈ ਨਾ ਆ ਵਾਲਾ ਕੈਸਪੀਅਨ ਸੀ ਹੈ ਜੀ ਇਹ World Map ਜੇ ਤੁਸੀਂ ਪੜਿਆ ਤੁਸੀਂ ਦੇਖੋਗੇ ਆ ਲੰਬਾ ਜਿਹਾ ਇਸ ਸਾਈਜ਼ ਦਾ ਜਿਹੜਾ ਸੀ ਆ ਉਹ ਹੈ ਜੀ ਕੈਸਪੀਅਨ ਸੀ ਉਸ ਤੋਂ ਬਾਅਦ 1 2 3 4 5 ਇਸ ਤਰ੍ਹਾਂ ਆ ਕੰਟਰੀਜ਼ ਮਾਰਕ ਕੀਤੇ ਆ ਇਹ ਸਾਰੀਆਂ ਕੰਟਰੀਜ਼ ਆ ਜੀ ਸੈਂਟਰਲ ਏਸ਼ੀਆ ਦੀਆਂ ਹੈ ਨਾ ਆ ਇੱਕ ਸਾਨੂੰ ਪਤਾ ਜੀ ਕਿਹੜਾ ਆ ਇੱਕ ਜਿਹੜਾ ਵੱਡਾ ਜਿਹਾ ਆ ਉਹ ਹੈਗਾ ਜੀ ਕਜ਼ਾਕਿਸਤਾਨ ਕਜ਼ਾਕਿਸਤਾਨ ਵੱਡਾ ਆ ਏਰੀਆ ਵਿੱਚ ਇਹਦਾ ਮਤਲਬ ਏ ਤੇ ਬੀ ਚੱਕ ਦਿਓ ਜੀ ਏ ਆਨਸਰ ਨਹੀਂ ਆ ਸੀ ਤੇ ਡੀ ਵਿੱਚ ਕੁੰਡੀ ਫਸ ਗਈ ਹੁਣ ਇੱਕ ਤੋਂ ਬਾਅਦ ਇਹ ਰਹਾ ਥੱਲੇ ਆ ਨਾ ਹੈ ਜੀ ਉਜ਼ਬੇਕਿਸਤਾਨ ਮਤਲਬ 3 ਹੋ ਗਿਆ ਉਜ਼ਬੇਕਿਸਤਾਨ ਠੀਕ ਚੌਥਾ ਹੈ ਜੀ ਕਿਰਗਿਸਤਾਨ ਤੇ ਪੰਜਵਾਂ ਹੈ ਜੀ ਤਾਜੀਕਿਸਤਾਨ ਚਲੋ ਤੁਸੀਂ ਬਹੁਤਾ ਕਨਫਿਊਜ਼ ਨਾ ਕਰੋ ਇਹਨਾਂ ਯਾਦ ਰੱਖ ਲਓ ਕਿ ਜਿਹੜਾ ਸੈਂਟਰਲ ਏਸ਼ੀਆ ਵਿੱਚ ਆ ਵੱਡਾ ਜਿਹਾ ਆ ਨਾ ਇਹ ਹੈਗਾ ਜੀ ਕਜ਼ਾਕਿਸਤਾਨ ਉਹ ਤੇ ਜਸਥਾਨ ਹੈ ਜੀ ਉਜ਼ਬੇਕਿਸਤਾਨ ਇਹ ਦੋ ਤੁਸੀਂ ਯਾਦ ਰੱਖਿਓ ਇਹਦਾ ਮਤਲਬ ਤੀਸਰਾ ਕਿਹੜਾ ਹੋ ਗਿਆ ਉਜ਼ਬੇਕਿਸਤਾਨ ਤੀਸਰਾ ਕਿਹੜਾ ਹੋ ਗਿਆ ਉਜ਼ਬੇਕਿਸਤਾਨ ਠੀਕ ਹੈ ਜੀ ਤੇ ਡੀ ਆਨਸਰ ਹੈ ਜੀ ਪਰ ਫਿਰ ਵੀ ਇਹ ਏਰੀਆ ਇੰਪੋਰਟੈਂਟ ਆ ਤੁਸੀਂ ਇਹਨੂੰ ਸਮਝ ਲੈਣੇ ਆ ਲਓ ਜੀ ਆ ਦੇਖੋ ਜੀ ਰੂਸ ਆ ਉੱਪਰ ਆ ਕੈਸਪੀਅਨ ਸੀ ਹੋ ਗਿਆ ਆ ਬਲਕ ਬਲਕਸ਼ ਲੇਖਾ ਠੀਕ ਆ ਆਰਲ ਸੀ ਇਹ ਠੀਕ ਹੈ ਜੀ बड़ा वाला जी कजाकस्तान वो थले आज उजबेकस्तान फिर तुर्कमेनिस्तान ठीक है जी तुर्कमेनिस्तान की राजधानी कि अशगाबाद अशगाबाद ठीक है जी उजबेकस्तान की ताशकंद यस ठीक है आज देख लेना आ है जी कैस्पियनसी आज उरल रिवर रिवर ਤੇ afghanistan ਦੇ ਉੱਤੇ tajikistan ਫਿਰ kirghizistan ਚਲੋ ਤੇ ਤੁਹਾਨੂੰ ਦੋ ਵੀ ਪਤਾ ਨਾ ਵੱਡੇ ਵਾਲਾ ਹੈ kjakistan ਉਸ ਤੋਂ ਥੱਲੇ ਹੈ ਜੀ uzbekistan ਤੁਸੀਂ ਆਨਸਰ ਕੱਢ ਲਓਗੇ ਠੀਕ ਆਨਸਰ ਹੈ ਜੀ d ਅੱਗੇ ਦੇਖੋ ਜੀ ਦਾ ਸਟੈਂਡਰਡ ਟਾਈਮ ਆਫ ਦਾ ਫੋਲੋਇੰਗ ਕੰਟਰੀਜ਼ ਇਜ਼ ਅਹੈਡ ਆਫ অর ਬਿਹਾਈਂਡ ਗ੍ਰੀਨਵਿਚ ਮੀਨ ਟਾਈਮ ਗ੍ਰੀਨਵਿਚ ਮੀਨ ਟਾਈਮ 0 ਡਿਗਰੀ ਕਿੱਥੇ ਹੈ ਜੀ ਗ੍ਰੀਨਵਿਚ 0 ਸਿਰਫ ਆਤ ਜਿਹੜਾ ਆਪਾਂ ਮੰਨਦੇ ਆਂ ਜੀ ਗ੍ਰੀਨਵਿਚ ਮੀਨ ਟਾਈਮ ਹੈ ਜੀ ਇਹ ਜੁਕੇ 0 ਡਿਗਰੀ ਤੇ ਡਿਪੈਂਡਿੰਗ ਔਨ ਵਾਦਰ ਦੇ ਆਰ ਈਸਟ ਔਰ ਵੈਸਟ ਔਫ ਦਾ ਲੌਂਗੀਟਿਊਡ ਪਾਸਿੰਗ ਥਰੂ ਗ੍ਰੀਨਵਿਚ ਠੀਕ ਹੈ ਜੀ ਹੱਦ ਕੁਝ ਕੰਟਰੀਸ ਦਿੱਤੀਆਂ ਕਿ ਉਹ ਬਾ ਗ੍ਰੀਸ ਇਰਾਕ ਕੋਸਟਾ ਰਿਕਾ ਜਪਾਨ ਕਹਿੰਦਾ ਵਿਚ 1 ਆਫ ਦਾ ਫਾਲਿੰਗ ਸਿਕੁਐਂਸ਼ੀਅਲ ਆਰਡਰਸ ਗਿਵਸ ਦਾ ਕਰੈਕਟ ਅਰੇਂਜਮੈਂਟ ਔਫ ਦਾ ਕੰਟਰੀਸ ਅਕੋਰਡਿੰਗ ਟੂ ਥੇਅਰ ਸਟੈਂਡਰਡ ਟਾਈਮ ਹੈਡ ਟੂ ਬੀ ਹਾਈਂਡ ਗਰੀਨ ਵਿੱਚ ਮੀਨ ਟਾਈਮ ਆ ਦੇਖੋ ਤੁਸੀਂ ਇੱਥੇ ਆ ਜਾਓ ਨਕਸ਼ਾ ਤੇ ਦੇਖੋ ਆਪਣੇ ਦਿਮਾਗ ਵਿੱਚ ਨਕਸ਼ਾ ਰੱਖਣਾ ਹੈ ਇਹ ਪੁੱਛਿਆ ਆ ਕਿ ਜਿਹੜੇ ਜਿਹੜੀਆਂ ਕੰਟਰੀਆਂ ਸਾਨੂੰ ਦਿੱਤੀਆਂ ਆ ਉਹ ਅਸੀਂ ਹੈਡ ਇੱਥੋਂ ਲੈ ਕੇ ਪਿੱਛੇ ਨੂੰ ਜਾਣਾ ਹੈ ਜੀ ਪਹਿਲਾ ਕਿਹੜੀ ਕੰਟਰੀ ਹੁੰਦੀ ਆ ਟਾਈਮ ਜ਼ੋਨ ਦੇ ਹਿਸਾਬ ਨਾਲ ਫਿਰ ਕਿਹੜੀ ਕੰਟਰੀ ਆ ਤੇ ਫਿਰ ਕਿਹੜੀ ਹੁੰਦੀ ਫਿਰ ਕਿਹੜੀ ਹੁੰਦੀ ਫਿਰ ਕਿਹੜੀ ਹੁੰਦੀ ਕਿੰਨਾ ਵਿੱਚੋਂ ਦੇਖਣਾ ਜੀ ਜਿਹੜੀਆਂ ਸਾਨੂੰ ਆਹ ਦਿੱਤੀਆਂ ਆ ਠੀਕ ਹੈ ਜੀ ਦੇਖ ਲੈਂਦੇ ਆਪਾਂ ਕਿਊਬਾ ਕਿਊਬਾ ਕਿੱਥੇ ਆ ਜੀ ਅਮਰੀਕਾ ਦੇ ਅਮਰੀਕਾ ਕੰਟੀਨੈਂਟ ਦੇ ਵਿੱਚ ਇੱਥੇ ਆ ਜੀ ਕਿਊਬਾ ਇਹ ਤੁਸੀਂ ਇੱਕ ਮੰਨ ਲਓ ਕਿਊਬਾ ਇੱਕ ਹੋ ਗਿਆ ਫਿਰ ਆ ਜੀ ਗ੍ਰੀਸ ਗ੍ਰੀਸ ਕਿੱਥੇ ਹੈ ਜੀ ਯੂਰਪ ਵਿੱਚ ਇੱਥੇ ਆ ਜਾਂਦਾ ਦੀ ਗ੍ਰੀਸ ਇੱਥੇ ਦੋ ਮੰਨ ਲਓ ਫਿਰ ਪੁੱਛਿਆ ਜੀ ਇਰਾਕ ਇਰਾਕ ਕਿੱਥੇ ਆ ਇਰਾਕ ਕਿੱਥੇ ਹੈ ਜੀ ਆਹ ਇੰਡੀਆ ਤੋਂ ਇੱਥੇ ਹੈ ਜੀ ਈਰਾਨ ਇਰਾਕ ਠੀਕ ਹੈ ਹੁਣ ਆਪ ਅਫਗਾਨਿਸਤਾਨ ਆ ਈਰਾਨ ਆ ਇਰਾਕ इतने तीन ला दो लाता जी कोस्टा रिखा इत गुवाटेमाला के नाल साउथ अमेरिका इतने तुम ला दो चार ठीक है हाँ इतने आ जी गुआटेमाला चलो जी नहीं भी पता छो कराँ जी नहीं भी पता स कोस्टा रिखा जापान कि पता ला दो जपान जी आ जापान एक कितने हो, हो गया पांच हो गए ना चार तो बाद ਏ ਹੋ ਗਿਆ ਤੁਹਾਡਾ ਜਾਪਾਨ ਚੱਲਣ ਦੋ ਅੱਛਾ ਆਹ ਬਣ ਗਈ ਗੱਲ ਹੁਣ ਆਪਣੇ ਆਪ ਹਿਸਾਬ ਲਾ ਲਓ ਕਿ ਈਸਟ ਵਿੱਚ ਕੌਣ ਕੀ ਆ ਜਾਪਾਨ ਫਿਰ ਕੀ ਨਾਮ ਆਉਂਦਾ ਇਰਾਕ ਫਿਰ ਕੀ ਗੱਲ ਆਂਦੀ ਹੈ ਜੀ ਤੁਹਾਡਾ ਗ੍ਰੀਕ ਠੀਕ ਫਿਰ ਗੱਲ ਆਂਦੀ ਕਯੂਬਾ ਦੀ ਤਾਂ ਫਿਰ ਗੱਲ ਆਂਦੀ ਹੈ ਕੋਸਟਾਰੀਕਾ ਦੀ ਠੀਕ ਹੈ ਨਾ 5 3 2 1 4 5 3 2 1 4 ਆਨਸਰ ਆ ਜੀ ਠੀਕ ਹੈ ਹੁਣ ਜੇ ਬਾਈ ਚਾਂਸ ਸਾਨੂੰ ਨਹੀਂ ਵੀ ਪਤਾ ਔਰ ਸਾਨੂੰ ਅੰਦਾਜ਼ਾ ਪਤਾ ਆ ਕਿ ਯਾਰ ਜਿਹੜਾ ਜਾਪਾਨ ਆ ਉਹ ਇਹਨਾਂ ਸਾਰਿਆਂ ਵਿੱਚੋਂ ਈਸਟ ਵਿੱਚ ਆ ਇਹਦਾ ਮਤਲਬ ਉੱਥੇ ਪਹਿਲਾਂ ਸੂਰਜ ਚੜ੍ਹਦਾ ਆ ਉਹ ਗ੍ਰੀਨਵਿਚ ਟਾਈਮ ਤੋਂ ਪਹਿਲਾਂ ਆਂਦਾ ਏ ਜੀ ਇਹਨਾਂ ਸਾਰਿਆਂ ਚੋਂ ਤਾਂ ਪੰਜ ਪਹਿਲਾਂ ਆ ਗਿਆ ਜੀ ਹੁਣ ਆਨਸਰ ਵਿੱਚ ਪੰਜ ਪਹਿਲਾਂ ਸਿਰਫ ਏ ਵਿੱਚ ਹੀ ਆ ਕਿਤੇ ਹੋਰ ਵਿੱਚ ਤਾਂ ਐ ਨਹੀਂ ਤੇ ਜਾਪਾਨ ਦੇ ਬੀਸ ਤੇ ਹੀ ਅਸੀਂ ਆਨਸਰ ਕੱਢ ਲਿਆ ਜੀ ਆਨਸਰ ਏ ਠੀਕ ਹੈ ਜੀਓਗ੍ਰਾਫੀ ਵਿੱਚ ਚੈੱਕ ਕਰ ਲੀ ਤੁਹਾਡੀ ਇਹਨਾਂ ਨੇ ਤਾਂ ਗ੍ਰੀਨਵਿਚ ਮੀਨ ਟਾਈਮ ਵਾਲਾ ਕਨਸੈਪਟ ਵੀ ਚੈੱਕ ਕਰ ਲਿਆ ਅੱਗੇ ਦੇਖੋ ਜੀ ਤਾਂ origignal home of the gypsies were gypsies gypsy ਇਹ ਜਿਪਸੀ ਨਾ ਇੱਕ ਇੱਕ ਨਸਲ ਦੇ ਲੋਕਾਂ ਦਾ ਸਮੂਹ ਨੂੰ ਕਹਿੰਦੇ ਦੀ ਜਿਪਸੀ ਜਿਪਸੀ ਲੋਕ ਕਹਿੰਦੇ ਵੀ ਇਹਨਾਂ ਦਾ origignal home ਕਿੱਥੇ ਸੀ ਜੀ ਇਹ ਕਿੱਥੋਂ ਚੱਲੇ ਤਾਂ ਬਾਅਦ ਵਿੱਚ ਬਾਕੀ ਏਰੀਆ ਵਿੱਚ ਫੈਲ ਗਏ ਜਿਪਸੀ ਇਹ ਕਾਫੀ ਨਿਊਜ਼ ਵਿੱਚ ਰਹਿੰਦੀਆਂ ਜੀ ਕੱਲ੍ਹ ਜਿਪਸੀ ਨਾ オリਜਨਲੀ ਇੰਡੀਅਨ ਸੀ ਆਪਣੇ ਪੰਜਾਬ ਰਾਜਸਥਾਨ ਸਾਈਡ ਰਹਿੰਦੇ ਸੀ ਇਹ ਫਿਰ ਕਹਿੰਦੇ ਪਤਾ ਨਹੀਂ ਵੀ ਕੀ ਗੱਲ ਹੋਈ ਕਿ ਨਹੀਂ ਹੋਈ ਇਹਨਾਂ ਇੱਥੋਂ ਫਿਰ ਪਲਾਨ ਕਰ ਗਏ ਠੀਕ ਹੈ ਨਾ ਆਹ ਲੈਂਦਾ ਜਿਦਾ ਮੰਨ ਲਓ ਸਾਡਾ ਭਾਰਤ ਆ ਜੀ ਠੀਕ ਹੈ ਜੀ ਆਹ ਭਾਰਤ ਆ ਇੱਥੇ ਕੀ ਆ ਤੁਹਾਡਾ ਪੰਜਾਬ ਹਰਿਆਣਾ ਰਾਜਸਥਾਨ ਆ ਠੀਕ ਹੈ ਜੀ ਪੰਜਾਬ ਰਾਜਸਥਾਨ ਇੱਥੇ ਆ ਨਾ ਕਹਿੰਦੇ ਇਸ ਏਰੀਆ 'ਚ ਰਹਿੰਦੇ ਸੀਗੇ ਤੇ ਇੱਥੋਂ ਫਿਰ ਬਾਅਦ 'ਚ ਉਹ ਪਲਾਨ ਕਰ ਗਏ ਹੋਰ ਹੋਰ ਏਰੀਆ ਵਿੱਚ ਜਾ ਕੇ ਬਸ ਗਏ ਜਿਪਸੀ ਲੋਕ ਖਾਸ ਤੌਰ ਤੇ ਸੈਂਟਰਲ ਏਸ਼ੀਆ ਵਿੱਚ ਆਹੀ ਜੋ ਅਸੀਂ ਹੁਣ ਪੜ ਕੇ ਹਟੇ ਕਜ਼ਾਕਿਸਤਾਨ ਉਜ਼ਬੇਕਿਸਤਾਨ ਕਿਰਗਿਸਤਾਨ ਵਗੈਰਾ ਵਿੱਚ ਤੇ ਇਹ ਸਗੇ ਜਿਪਸੀ ਲੋਕ ਇਹ ਫਿਰਤੂ ਬਣ ਕੇ ਨਾ ਬਾਅਦ ਵਿੱਚ ਇੱਥੋਂ ਚੱਲ ਗਏ ਤੇ ਇਹ ਸ਼ੁਰੂਆਤੀ オリジナル ਇਹਨਾਂ ਦਾ ਹੋਮ ਕੀ ਹੈ ਇੰਡੀਆ ਪੰਜਾਬ ਰਾਜਸਥਾਨ ਸਾਈਡ ਜਿਪਸੀ ਮੱਧ ਏਸ਼ੀਆ ਵਿੱਚ ਪਾਏ ਜਾਣ ਵਾਲੇ ਲੋਕਾਂ ਦਾ ਇੱਕ ਸਮੂਹ ਹੈ ਇਸ ਵੇਲੇ ਕਿੱਥੇ ਜ਼ਿਆਦਾ ਪਾਏ ਜਾਂਦੇ ਆ ਜੀ ਸੈਂਟਰਲ ਏਸ਼ੀਆ ਵਿੱਚ ਪਰ ਜਿਪਸੀਆਂ ਦਾ ਮੂਲ ਘਰ ਭਾਰਤ ਭਾਰਤ ਵਿੱਚ ਕਿੱਥੇ ਪੱਛਮੀ ਰਾਜਸਥਾਨ ਅਤੇ ਪੰਜਾਬ ਖੇਤਰ ਵਿੱਚ ਸੀ ਜਿਪਸੀ ਇੱਕ ਨਸਲੀ ਸਮੂਹ ਹੈ ਐਥਨਿਕ ਗਰੁੱਪ ਆ ਜੀ ਇਹ ਜੋ ਕਿ ਅਗਿਆਤ ਕਾਰਨਾ ਕਰਕੇ ਮੱਧ ਯੁੱਗ ਦੇ ਅਖੀਰ ਵਿੱਚ ਫਿਰਤੂ ਵਾਲੀ ਜੀਵਨ ਸ਼ੈਲੀ ਵੱਲ ਚਲੇ ਗਏ ਸੀ ਪਤਾ ਨਹੀਂ ਕੀ ਗੱਲ ਹੋਈ ਕੀ ਨਹੀਂ ਹੋਈ ਇਹ ਫਿਰ ਨਾ ਕੀ ਹੋਇਆ ਇਹ ਫਿਰਤੂ ਜੀਵਨ ਸ਼ੈਲੀ ਅਪਣਾ ਲਈ ਵੀ ਇੱਕ ਥਾਂ ਤੋਂ ਦੂਜੇ ਥਾਂ ਜਾਣਾ ਦੂਜੀ ਥਾਂ ਤੋਂ ਤੀਜੀ ਥਾਂ ਜਾਣਾ ਐਸਾ ਐਸਾ ਚਾਲਦੇ ਗਏ ਮੱਧ ਯੁੱਗ ਮੱਧ ਯੁੱਗ ਇੱਥੇ ਪ੍ਰੋਬੇਬਲੀ ਮੀਨ ਆ ਜੀ ਮਿਡਲ ਸਟੋਨ ਦੀ ਗੱਲ ਹੋ ਰਹੀ ਹੋਏਗੀ ਹਾਂ ਮਿਡਲ ਸਟੋਨ ਇਸ ਬੜਾ ਕਾਫੀ ਟਾਈਮ ਪਹਿਲਾਂ ਅੱਛਾ ਜੀ ਅੱਗੇ ਦੇਖੋ ਆ ਮੈਪ ਦਿੱਤਾ ਜੀ ਤੁਹਾਨੂੰ ਕਨਸੀਡਰ ਦਾ ਮੈਪ 기ਵਨ ਬellow ਇੰਡੀਕੇਟਿੰਗ ਫੋਰ ਪਲੇਸਸ ਫ੍ਰੀਕੁਐਂਟਲੀ ਫਿਗਰਿੰਗ ਇਨ ਦਾ ਨਿਊਜ਼ ਦੇਖੋ ਕਰੰਟ ਅਫੇਅਰ ਦਾ ਕੁਐਸਚਨ ਵੀ ਆ ਗਿਆ ਤੁਹਾਨੂੰ ਦਾ ਮੈਪ ਬੇਸਡ ਜਿਹੜੇ ਪ੍ਰਸ਼ਨ ਆ ਉਹ ਜ਼ਿਆਦਾਤਰ ਕਰੰਟ ਅਫੇਅਰ ਬੇਸਡ ਹੀ ਆਉਣੇ ਆ ਕਰੰਟ ਅਫੇਅਰ ਬੇਸਡ ਹੀ ਆਉਣੇ ਆ ਇਸ ਤੋਂ ਇਲਾਵਾ ਆ ਤੁਹਾਡਾ ਹੈ ਨੀ ਇਜ਼ਰਾਈਲ जरूशलम इस एरिए बेसते तो कुछ कुछ इन फेवरेट एरिए है यू पी एससी के उतों ज्यादा प्रश्न आते भी जरा न्यूज रहा है जी एरिया देख लें आप अच्छा तो समझ गए जी की है ये आई अफ्रीका ठीक है जी आरब देश हो गए ठीक है इतने अरब देश हो गए ठीक है जी इत तो तुरकी तुरकी वगैरह देश आठ ठीक है जी क्या विच वन ऑफ दिज चैचनिया

ਲੜਾਈ ਵਿੱਚ ਐਸੇ ਐਸੇ ਇਸ ਤਰ੍ਹਾਂ ਦੀ ਨਾ ਮਤਲਬ ਨਿਊਜ਼ ਆਉਂਦੀ ਟੀਵੀ 'ਚ ਹਨਾ ਚੇਚਨੀਆਂ ਵਿਦਰੋਹੀ ਰੂਸ ਦੀ ਸੈਨਾ ਉਸ ਸਮੇਂ ਕਰੰਟ ਅਫੇਅਰਸ ਵਿੱਚ ਸੀ ਜੀ ਇਹ 95 ਦੀ ਗੱਲ ਹੋ ਰਹੀ ਹੈ 1995 ਦੀ ਤੇ ਇਹ ਨਾ ਆ ਦੇਖੋ ਆ ਆਪਾਂ ਪੜਿਆ ਆ ਕੀ ਹੈ ਕੈਸਪੀਅਨ ਸੀ ਠੀਕ ਹੈ ਨਾ ਆ ਕੈਸਪੀਅਨ ਸੀ ਹੈ ਤੇ ਇੱਥੇ ਤੁਹਾਡਾ ਜਾਰਜੀਆ ਵਗੈਰਾ ਹੈ ਜਾਰਜੀਆ ਤੋਂ ਉੱਤੇ ਜਸਟ ਕੀ ਹੈ ਚੇਚਨੀਆਂ ਤਿੰਨ ਆਨਸਰ ਆ ਜੀ ਥਰੀ ਆਨਸਰ ਆ ਫਿਰ ਵੀ ਤੁਸੀਂ ਪੜ ਲਓ ਆ ਦੇਖੋ ਜੀ आह है जी कैस्पीयन सी कैस्पीयन तो इधर है जी ब्लैक सी हाँ देखो जी आ फिर हो गया जी ब्लैक सी ठीक तो जॉर्जिया तो उत्ते की है चेचनिया चेचनीिया विद्रोही इतने एक्टिव सी आंसर की हो गया आंसर हो गया थोड़ा तो सी ठीक है ना तीजा ठीक तो इस हिसाब नौ जो कुछ करंट अफेयरस न्यूज रैप्स सेखते दे रहना यह तो मैप बेस्ड प्रश्न तैयार हो जाने ਅਗੇ ਦੇਖੋ ਜੀ ਹਰਾਕਨ ਜੋਮਾ ਇਸ ਦਾ ਐਕਸਟੈਂਸ਼ਨ ਆਫ ਦਾ ਹਿਮਾਲਿਆਸ ਲੋਕੇਟਡ ਇਨ ਦਸੋ ਜੀ ਹਰਾਕਨ ਜੋਮਾ ਹਿਮਾਲਿਆ ਦੀ ਹੀ ਐਕਸਟੈਂਸ਼ਨ ਆ ਇਹ ਕਿੱਥੇ ਲੋਕੇਟਡ ਆ ਕਿੱਥੇ ਆ ਜੀ ਇਹ بلوچستان ਵਿੱਚ ਆ ਮਿਆਂਮਾਰ ਵਿੱਚ ਆ ਨੇਪਾਲ ਵਿੱਚ ਆ ਜਾਂ ਕਸ਼ਮੀਰ ਵਿੱਚ ਆ ਹਰਾਕਨ ਜੋਮਾ ਹੈ ਜੀ ਮਿਆਂਮਾਰ ਵਿੱਚ ਮਿਆਂਮਾਰ ਨਿਊਜ਼ ਵਿੱਚ ਸੀ ਕਰੰਟ ਅਫੇਅਰਸ ਵਿੱਚ ਸੀ ਆ ਦੇਖ ਲਓ ਜੀ ਆ ਤੁਹਾਡਾ ਹਿਮਾਲਿਆ ਐ ਆਂਦਾ ਐ ਆਂਦਾ ਤੇ ਹਿਮਾਲਿਆ ਦਾ ਹੀ ਐਕਸਟੈਂਸ਼ਨ ਆ ਆਹ ਇਰਾਕਨ ਜੋਮਾ ਦੀਆਂ ਪਹਾੜੀਆਂ ਆ ਇਰਾਕਨ ਜੋਮਾ ਦੀ ਕਿਉਂ ਨਿਊਜ਼ ਵਿੱਚ ਹੋਏਗਾ ਕਿਉਂਕਿ ਇਹਦੇ ਹੀ ਇਧਰਲੇ ਪਾਸੇ ਆ ਜੀ ਤੁਹਾਡਾ ਰਖੀਨ ਨੇ ਏਰੀਆ ਰਖੀਨ ਰਖੀਨ ਨੇ ਤਾਂ ਇਹਦੇ ਵਿੱਚ ਹੀ ਤੁਹਾਡੇ ਜਿਹੜੇ ਹਨੀ ਰੋਹਿੰਗਿਆ ਉਹ ਜ਼ਿਆਦਾਤਰ ਇੱਥੇ ਰਹਿੰਦੇ ਸੀ ਰੋਹਿੰਗਿਆ ਨਿਊਜ਼ ਵਿੱਚ ਰਹਿੰਦਾ ਜੀ ਫੇ ਰਖੀਨੇ ਸਟੇਟ ਨਿਊਜ਼ ਦੇ ਵਿੱਚ ਰਹਿੰਦੇ ਸੀ ਤੇ ਨਾਲ ਲੱਗਦੀਆਂ ਪਹਾੜੀਆਂ ਵੀ ਨਿਊਜ਼ ਵਿੱਚ ਹੋ ਗਈਆਂ ਜੀ ਆ ਰਾਕਨਜੋਮਾ ਠੀਕ ਹੈ ਜੀ ਮੋਸਟ ਰੋਹਿੰਗਿਆਸ ਲਿਵ ਇਨ ਦਾ ਮਾਇੂ ਰਿਵਰ ਵੈਲੀ ਅਲੋਂਗ ਦਾ ਬੰਗਲਾਦੇਸ਼ ਮਾਇੂ ਰਿਵਰ ਵੈਲੀ ਬੰਗਲਾਦੇਸ਼ ਤੇ ਨਾਲ-ਨਾਲ ਠੀਕ ਹੈ ਜੀ ਬਾਰਡਰ ਬੰਗਲਾਦੇਸ਼ ਬਾਰਡਰ ਐਂਡ ਆਈਸੋਲੇਟਿਡ ਫਰੋਮ ਦਾ ਰੈਸਟ ਆਫ ਦਾ ਰਖੀਨੇ ਸਟੇਟ ਬਾਏ ਦਾ ਆਰਾਕਨਜੋਮਾ ਮਾਊਂਟੇਨ ਰੇਂਜ ਹਾਰਾ ਕੋਮਾ ਮਾਉਂਟਨ ਰੇਂਜ ਠੀਕ ਹੈ ਨਾ ਬੇਸਿਕਲੀ ਰਕੀਨ ਦੀ ਵੈਲੀ ਕੀ ਹੋ ਗਿਆ ਇੱਕ ਪੂਰਾ ਏਰੀਆ ਠੀਕ ਰਕੀਨ ਦਾ ਸਟੇਟ ਰਕੀਨ ਦਾ ਸਟੇਟ ਕਿੱਦਾਂ ਹੋ ਗਿਆ ਸਾਡਾ ਇੱਕ ਪ੍ਰੋਵਿੰਸ ਆ ਜਿਹਦਾ ਸਟੇਟ ਆ ਸਾਡਾ ਤੇ ਉਹਦੇ ਇੱਕ ਪਾਸੇ ਵੱਲ ਰਹਿੰਦੇ ਆ ਕੌਣ ਰਹਿੰਗਿਆ ਤੇ ਵਿਚਕਾਰ ਦੀਵਾਰ ਕੀ ਬਣ ਗਈ ਹਾਰਾ ਕੋਮਾ ਜਿਹੜੀ ਮਾਉਂਟਨ ਰੇਂਜ ਆ న్యూ ਜਰਸੀ ਇਸ ਲਈ ਪੁੱਛ ਲਿਆ ਕੰਸੀਡਰ ਦਾ ਮੈਪ 기ਵਨ ਬਿਲੋ ਹਾਂ ਮੈਪ ਦੱਸਿਆ ਜੀ ਆ ਡਾਟਡ द डॉट लाइन इन द मैप मैपिस डॉटन लाइन की है जी ब्रोकन लाइन आ जी वो की है डुरैंड लाइन आ मैकमोहन लाइन आ रूट फॉलोड बाय जंग हसबेंड्स एक्सपेडिशन लाइन ऑफ डीमारकेशन बिटवीन इंडिया एंड पाकिस्तान जो कि सुजैसट किया बाउंड्री कमीशन ने तुम्हें ना ज्यादा कन्फ्यूज नहीं होना ना बेसिकली आ लाइन है जी इंपोर्टेंट पाकिस्तान अफगानिस्तान बचाले जॉउंडी आ जी डुरैंड लाइन डुरैंड लाइन ठीक है जी ਹਾਂ ਜੀ ਦੇਖੋ ਵਿਚ ਵਨ ਆਫ ਦਾ ਫੋਲੋਇੰਗ ਰੀਜਨਸ ਆਫ ਇੰਡੀਆ ਇਜ਼ ਨਾਓ ਰਿਗਾਰਡਡ ਐਜ਼ ਐਨ ਇਕੋਲੋਜੀਕਲ ਹੌਟਸਪੌਟ ਦੱਸੋ ਜੀ ਇਕੋਲੋਜੀਕਲ ਹੌਟਸਪੌਟ ਜਿਹੜਾ ਇਕੋਲੋਜੀ ਹੁੰਦਾ ਨਾ ਜਿੱਥੇ ਜੀਵ ਜੰਤੂ ਰਹਿੰਦੇ ਆ ਅਜਿਹੇ ਆ ਰੀਜਨ ਜਿੱਥੇ ਕਾਫੀ ਵਿਭਿੰਨ ਪ੍ਰਕਾਰ ਦੇ ਜੀਵ ਜੰਤੂ ਰਹਿੰਦੇ ਆ ਪਰ ਉੱਥੇ ਹੁਣ ਉਹਨਾਂ ਨੂੰ ਖਤਰਾ ਆ ਉਹਨਾਂ ਦੀ ਜਿਹੜੀ ਸੰਖਿਆ ਆ ਉਹ ਘਟ ਹੋ ਰਹੀ ਆ ਡਾਇਵਰਸਿਟੀ ਘਟ ਹੋ ਰਹੀ ਆ ਇਸ ਕਰਕੇ ਉਹ ਕੀ ਆ ਹੌਟਸਪੌਟ ਆ ਠੀਕ ਆ ਜੀ ਦੱਸੋ ਜੀ ਕਿਹੜਾ ਆ ਇਨਾਂ ਚ ਦੇਖ ਲੈਣੇ ਆ ਜੀ ਤਾਂ ਹੁਣ ਦੇਖੋ ਆਪੇ ਵੀ ਮੈਂ ਥੋੜਾ ਨਾ ਟੈਂਟੇਟਿਵ ਜਿਹਾ ਪਾਰਤਨ ਨਕਸ਼ਾ ਬਣਾਤਾ ਬਣਾਤਾ ਜੀ ਠੀਕ ਹੈ ਜੀ ਨਕਸ਼ਾ ਬਣਾਤਾ ਠੀਕ ਹੈ ਜੀ ਆ ਬਣ ਗਿਆ ਪਾਰਤਨ ਨਕਸ਼ਾ ਵੈਸਟਰਨ ਹਿਮਾਲਿਆ ਵੈਸਟਰਨ ਹਿਮਾਲਿਆ ਇੱਥੇ ਹੋ ਗਏ ਨਾ ਜੀ ਇਹ ਨਹੀਂ ਹੈ ਈਸਟਰਨ ਹਿਮਾਲਿਆ ਇੱਥੇ ਹੋਏ ਦੇਖਦੇ ਹਾਂ ਜੀ ਹੋ ਹੀ ਸਕਦਾ ਵੈਸਟਰਨ ਗਾਰਡ ਵੈਸਟਰਨ ਗਾਰਡ ਇੱਥੇ ਹੋਏ ਠੀਕ ਹੈ ਜੀ ਤੇ ਈਸਟਰਨ ਗਾਰਡ ਇੱਥੇ ਹੋਏ ਠੀਕ ਹੈ ਜੀ ਤੁਸੀਂ ਕਨਫਿਊਜ਼ ਹੋ ਜਾਣਾ ਆ ਈਸਟਰਨ ਹਿਮਾਲਿਆ ਤੇ ਵੈਸਟਰਨ ਗਾਰਡ ਵਿੱਚ ਬੇਸਿਕਲੀ ਵੈਸਟਰਨ ਗਾਰਡ ਆ ਦੀ ਸੀ ਆਨਸਰ ਆ ਆ ਵਾਲਾ ਏਰੀਆ ਵੈਸਟਰਨ ਗਾਰਡ ਵਾਲਾ ਏਰੀਆ ਆ ਵਾਲੇ ਏਰੀਏ ਦੀ ਕਾਫੀ ਜ਼ਿਆਦਾ ਡਾਈਵਰਸਿਟੀ ਹੈ ਤੇ ਹੁਣ ਉੱਥੇ ਡਾਈਵਰਸਿਟੀ ਨੂੰ ਖਤਰਾ ਵੀ ਆ ਇਸ ਕਰਕੇ ਇਹ ਇਕੋਲੋਜੀਕਲ ਹੌਟਸਪੌਟ ਆ ਐਨ ਇਕੋਲੋਜੀਕਲ ਹੌਟਸਪੌਟ ਕੀ ਹੁੰਦਾ ਜੀ ਐਨੀ ਵਨ ਆਫ ਸੈਵਰ ਬਾਇਓਡਾਈਵਰਸਿਟੀ ਰੀਜਨ ਇਸ ਤਰ੍ਹਾਂ ਦਾ ਰੀਜਨ ਜਿੱਥੇ ਕਾਫੀ ਡਾਈਵਰਸਿਟੀ ਵਾਲੀ ਕਾਫੀ ਵਿਭਿੰਨਤਾ ਵਾਲੀ ਲਾਈਫ ਆ ਜੀਵ ਜੰਤੂ ਰਹਿੰਦੇ ਆ ਵਿੱਚ ਰਿਕੁਆਇਰਸ ਪ੍ਰੋਟੈਕਸ਼ਨ ਔਨ ਦਾ ਗਰਾਉਂਡ दैट ਇਟ ਹੌਸਟਸ ਅ ਸਿਗਨੀਫੀਕੈਂਟ ਨੰਬਰ ਆਫ ਐਂਡੇਂਜਰਡ ਸਪੀਸੀਜ਼ ਐਂਡੇਂਜਰਡ ਸਪੀਸੀਜ਼ ਕਿਹੜੀਆਂ ਜਿਨ੍ਹਾਂ ਦੀ ਸੰਖਿਆਵਾਂ ਘਟ ਹੋ ਰਹੀਆਂ ਜਿਨ੍ਹਾਂ ਨੂੰ ਖਤਰਾ ਆ ਉੱਥੇ ਇਸਰ ਦੀਆਂ ਕਾਫੀ ਸਪੀਸੀਜ਼ ਆ ਜਿਨ੍ਹਾਂ ਦੀ ਸੰਖਿਆ ਘਟ ਹੋ ਰਹੀ ਆ ਉਹ ਉਹ ਉਹਨਾਂ ਨੂੰ ਖਤਰਾ ਆ ਇਸ ਕਰਕੇ ਉੱਥੇ ਉਹਨਾਂ ਨੂੰ ਪ੍ਰੋਟੈਕਸ਼ਨ ਚਾਹੀਦੀ ਆ ਅਸੀਂ ਕਹ ਦਿੰਦੇ ਆ ਇਹ ਕੀ ਆ ਇਕੋਲੋਜੀਕਲ ਹੌਟਸਪੌਟ ਠੀਕ ਆ ਜੀ ਕਨਸੈਪਟ ਕਲੀਅਰ ਹੋ ਗਿਆ ਤੁਹਾਨੂੰ ਆਨਸਰ ਸਾਡਾ ਸੀ ਆ ਵੈਸਟਰਨ ਗਾਟ ਇਸ ਨੋਨ ਐਜ਼ ਐਨ ਇਕੋਲੋਜੀਕਲ ਹੌਟਸਪੌਟ ਇਨ ਇੰਡੀਆ ਇਕੋਲੋਜੀਕਲ ਹੌਟਸਪੌਟ ਆ ਜੀ ਵੈਸਟਰਨ ਗਾਟ ਨੋਟੀਫਾਈ ਕਿਦਾਂ ਹੋਇਆ ਆ ਵਾਈਲਡ ਲਾਈਫ ਐਕਟ ਆਫ 1972 ਦੇਖੋ ਜੀ ਆਪਾਂ ਅਸੀਂ ਆਪਣੀ ਕੁਦਰਤ ਨੂੰ ਬਚਾਉਣ ਲਈ ਵਾਈਲਡ ਲਾਈਫ ਨੂੰ ਬਚਾਉਣ ਲਈ ਵਾਈਲਡ ਲਾਈਫ ਐਕਟ ਲੈ ਕੇ ਆਏ ਆ 1972 ਵਾਲਾ ਜਿਹਦੇ ਵਿੱਚ ਅਸੀਂ ਕਿਸੇ ਕਿਸੇ ਏਰੀਆ ਨੂੰ ਵਾਈਲਡ ਲਾਈਫ ਸੈਂਚਰੀ ਘੋਸ਼ਿਤ ਕਰ ਦਿੰਦੇ ਆ ਕਿਸੇ ਨੂੰ ਨੈਸ਼ਨਲ ਪਾਰਕ ਬਣਾ ਦਿੰਦੇ ਆ ਕਿਸੇ ਨੂੰ ਇਕੋਲੋਜੀਕਲ ਹੌਟਸਪੌਟ ਬਣਾ ਦਿੰਦੇ ਆ ਇਸ ਤਰ੍ਹਾਂ ਅਲੱਗ-ਅਲੱਗ ਕੈਟਾਗਰੀਆਂ ਹੈਗੀਆਂ ਤਾਂ ਕਿ ਉਹਨਾਂ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਜਾ ਸਕੇ ਇਹ ਗੱਲ ਹੋ ਗਈ ਦਰਫ ਆਊਟਲਾਈਨ ਮੈਪ ਸ਼ੋਨ ਅ ਪੋਰਸ਼ਨ ਆਫ ਦਾ ਮਿਡਲ ਈਸਟ ਦੱਸੋ ਜੀ ਆਹ ਦੇਖੋ ਆਹ ਹੈ ਜੀ ਆਹ ਮੈਪ ਦੱਸਿਆ ਜੀ ਮਿਡਲ ਈਸਟ ਦਾ ਮਿਡਲ ਈਸਟ ਕਿਹੜਾ ਹੋ ਗਿਆ ਤੁਹਾਡਾ ਸਾਊਦੀ ਅਰਬੀਆ ਕੁਵੇਇਤ ਆ ਜਿਹੜੇ ਅਰਬ ਕੰਟਰੀ ਹਨਾ ਇਹਨਾਂ ਨੂੰ ਕਹਿੰਦੇ ਮਿਡਲ ਈਸਟ ਜਿਵੇਂ ਇੰਡੀਆ ਤੋਂ ਤੁਸੀਂ ਈਸਟ ਵੱਲ ਜਾਂ ਆਪਾਂ ਇਦਾਂ ਕਹਾਈਏ ਕਿ ਅਮਰੀਕਾ ਤੋਂ ਈਸਟ ਵੱਲ ਨੂੰ ਆਈਏ ਤਾਂ ਮਿਡਲ ਪੀਚ ਜਿਹੜਾ ਆਂਦਾ ਆ ਉਹਨੂੰ ਕਹਿੰਦੇ ਜੀ ਮਿਡਲ ਈਸਟ ਇਹ ਅਮਰੀਕਾ ਦੇ ਹਿਸਾਬ ਨਾਲ ਉਹ ਮਿਡਲ ਈਸਟ ਕਹਿੰਦੇ ਆ ਠੀਕ ਹੈ ਨਾ ਤੇ ਅਸੀਂ ਅਰਬ ਵਰਲਡ ਕਹਿ ਦਿੰਦੇ ਆ ਅੱਛਾ ਜੀ ਮਿਡਲ ਈਸਟ ਕੀ ਹੋ ਗਿਆ ਜੀ ਤੁਹਾਡੇ ਅਰਬ ਵਰਲਡ ਦੀਆਂ ਕੰਟਰੀਆਂ A B C D ਇਹ ਦੱਸੋ ਜੀ ਕਿਹੜੀਆਂ-ਕਿਹੜੀਆਂ ਕੰਟਰੀਆਂ ਆ A B C ਤੇ D आ हो गया जी थोड़ा तुरकी का रीजन तो देखो जी ए सीरिया या? सीरिया तो नहीं है क्योंकि सीरिया तो इधरले पास, पास आ थोड़ा खब्बे वाले पास इनू रहन दो हले थोड़ा जहा इराक होगा जी इराक हो, हो सकता तो इराक देखो ना इतने का ईरान आर इराक आराक हैगा ठीक है जी तो भी सीया दोवह च है या? ठीक है जी हम सी देखो जी ਸੀ ਹੈ ਜੀ ਸਾਊਦੀ ਅਰਬੀਆ ਜਾਂ ਜਾਰਡਨ ਡੈਫੀਨਿਟਲੀ ਸੀ ਹੈ ਜੀ ਸੀਰੀਆ ਤੇ ਨਾਲ ਜਾਰਡਨ ਆ ਸੀ ਥੱਲੇ ਨੂੰ ਵੱਡਾ ਜਾਂ ਕਿਹਾ ਤੁਸੀਂ ਜੇ ਪੋਰਡ ਮੈਪ ਦੇਖਿਆ ਹੋਵੇਗਾ ਸੀ ਆ ਸਾਊਦੀ ਅਰਬੀਆ ਸੀ ਆ ਸਾਊਦੀ ਅਰਬੀਆ ਹੋ ਗਿਆ ਆਹ ਲਾ ਆਨਸਰ ਆ ਗਿਆ ਜੀ ਆਨਸਰ ਹੈ ਜੀ ਸੀ ਏ ਹੈ ਜੀ ਇਰਾਕ ਬੀ ਹੈ ਸੀਰੀਆ ਸੀ ਹੈ ਸਾਊਦੀ ਅਰਬ ਤੇ ਡੀ ਕੀ ਹੈ ਜਾਰਡਨ ਦੇਖਿਆ ਤੁਹਾਨੂੰ ਪੂਰੇ ਦਾ ਪੂਰਾ ਨਹੀਂ ਵੀ ਪ੍ਰਸ਼ਨ ਆਉਂਦਾ ਅੰਦਾਜ਼ੇ ਨਾਲ ਚੱਲੂਗੇ ਤਾਂ ਤੁਸੀਂ ਆਨਸਰ ਕੱਢ ਸਕਦੇ ਆ ਸੀਆ ਜੀ ਆ ਦੇਖ ਲਓ ਇਰਾਨ ਤੋਂ ਬਾਅਦ ਇਰਾਕ ਹੋ ਗਿਆ ਠੀਕ ਆ ਆ ਸੀਰੀਆ ਹੋ ਗਿਆ ਆ ਜਾਰਡਨ ਹੋ ਗਿਆ ਠੀਕ ਆ ਹੋ ਗਿਆ ਤੁਹਾਡਾ ਸਾਊਦੀ ਅਰਬ ਹੋ ਗਿਆ ਵੱਡਾ ਜ ਠੀਕ ਬਾਕੀ ਵੀ ਤੁਸੀਂ ਪੜ ਲੈਣਾ ਜੀ ਆ ਹੋ ਗਿਆ ਤੁਹਾਡਾ ਕੁਵੈਤ ਠੀਕ ਆ ਕੀ ਹੋ ਗਿਆ ਤੁਹਾਡਾ ਕਤਰ ਨਾਲ ਥੋੜਾ ਬਹਿਰੀਨ ਆ ਆ ਤੁਹਾਡਾ ਯੂਨਾਈਟਿਡ ਅਰਬ ਅਮੀਰਾਤ ਜਿੱਥੇ ਦੁਬਈ ਆ ਠੀਕ ਹੈ ਜੀ ਆ ਓਮਾਨ ਆ ਸੀਰੀਆ ਆ ਅੱਛਾ ਆ ਬੜਾ ਇੰਟਰਸਟਿੰਗ ਆ ਮੈਪ ਯੂਪੀਐਸਸੀ ਲਈ ਇਹ ਤੁਸੀਂ ਰੱਟਾ ਲਾ ਲੈਣਾ ਸਾਰਾ ਖਾਸ ਤੌਰ ਤੇ ਉੱਤੇ ਤਰਕੀ ਆ ਥੱਲੇ ਮੈਡੀਟੇਰੀਅਨ ਸੀ ਆ ਇੱਥੇ ਤੁਹਾਡਾ ਇਜ਼ਰਾਈਲ ਆ ਆ ਕੀ ਹੋ ਗਿਆ ਤੁਹਾਡਾ ਜੀ ਨੀਲਾ ਜ ਲੈਬਨਾਨ ਆ ਠੀਕ ਆ ਜੀ ਇੱਥੇ ਜਾਰਡਨ ਆ ਆ ਜਾਰਡਨ ਰਿਵਰ ਵਗਦੀ ਆ ਉਹਦੇ ਇਹਦੇ ਲੇ ਪਾਸੇ ਜਾਰਡਨ ਆ ਉੱਤੇ ਸੀਰੀਆ ਹੁਣ ਦੇਖੋ ਜਾਰਡਨ ਮੈਡੀਟੇਰੀਅਨ ਸੀ ਨੂੰ ਟੱਚ ਨਹੀਂ ਕਰਦਾ ਇਹ ਪ੍ਰਸ਼ਨ ਵੀ ਆਇਆ ਹੋਇਆ ਤਿੰਨ ਚਾਰ ਕੰਟਰੀਆਂ ਦੇਤੀਆਂ ਆਹੀ ਸੀਰੀਆ ਲੈਬਨਾਨ ਇਜ਼ਰਾਈਲ ਤੇ ਇਜੀਪਟ ਵਗੈਰਾ ਦੇ ਦਿੱਤੀ ਗਈ ਤੇ ਨਾਲ ਜਾਰਡਨ ਪੁੱਛਿਆ ਗਿਆ ਇੰਨਾ ਚੋ ਕਿਹੜਾ ਦੇਸ਼ ਆ ਉਹ ਮੈਡੀਟੇਰੀਨ ਸੀ ਨੂੰ ਟੱਚ ਨਹੀਂ ਕਰਦਾ ਆਨਸਰ ਸੀ ਸੀ ਜਾਰਡਨ ਇਹੋ ਤਰ੍ਹਾਂ ਦੇ ਕੁਸ਼ਨ ਵੀ ਆਉਂਦੇ ਆ ਇਹ ਮੈਪ ਇੰਪੋਰਟੈਂਟ ਆ ਤੁਸੀਂ ਬਸ ਇਸ ਤਰ੍ਹਾਂ ਯਾਦ ਕਰਨਾ ਅੱਛਾ ਇੱਥੇ ਕੈਸਪੀਅਨ ਸੀ ਆ ਇੱਥੇ ਇਰਾਨ ਆ ਇੱਥੇ ਇਰਾਕ ਆ ਉਸ ਤੋਂ ਕਿ ਚਲਈਏ ਸੀਰੀਆ ਆ ਗਿਆ ਜਾਰਡਨ ਆ ਸਾਉਦੀ ਆ ਜਮਨ ਆ ਓਮਾਨ ਆ ਇਸ ਤਰ੍ਹਾਂ ਤੁਸੀਂ ਯਾਦ ਕਰਨਾ ਬਾਰ-ਬਾਰ ਇੰਨਾ ਚੋ ਹੀ ਪ੍ਰਸ਼ਨ ਆ ਜਾਂਦੇ ਆ ਅਗੇ ਦੇਖੋ ਜੀ ਇੰਦਾ ਗਿਵਨ ਮੈਪ ਦਾ ਲੈਬਲਡ ਕੰਟਰੀਜ਼ ਆ ਏ ਆ ਜੀ ਇਰਾਕ ਆਹੀ ਉਹ ਦਾ ਅਨਸਰ ਦੱਸਿਆ ਜੀ ਬੀ ਸੀ ਦੀ ਆ ਸੀ ਸੌਦੀ ਅਰਬ ਤੇ ਡੀ ਜਾਰਡਨ ਪਾਕਵੇ ਪਾਕਵੇ ਲਾਈਜ਼ ਬਿਟਵੀਨ ਦੱਸੋ ਜੀ ਕਿੱਥੇ ਆ ਪਾਕਵੇ ਹੁਣ ਸਾਨੂੰ ਇੰਨਾ ਪਤਾ ਕਿ ਪਾਕਵੇ ਕਾਫੀ ਨਿਊਜ਼ ਚ ਰਹਿੰਦਾ ਆ ਇਹ ਇੰਡੀਆ ਦੇ ਸਾਊਥ ਵਿੱਚ ਆ শ্রীলੰਕਾ ਤੇ ਇੰਡੀਆ ਦੇ ਵਿੱਚ ਆ ਜੀ ਪੜ੍ਹਦੇ ਹਾਂ ਜੀ ਗਲਫ ਆਫ ਕਸ਼ ਤੇ ਗਲਫ ਆਫ ਖੰਬਤ ਨਹੀਂ ਜੀ ਇਹ ਤਾਂ ਗੁਜਰਾਤ ਦੀ ਗੱਲ ਹੋ ਗਈ ਗਲਫ ਆਫ ਮੰਨਰ ਐਂਡ ਬੀ ਆਫ ਮੰਗਾਲ ਇਹ ਹੋ ਸਕਦਾ साउथ आउथ इंडिया इतने इतने इतवे एक पास गल्फ ऑफ मन्नारा एक पास बे ऑफ बंगाल हो सकता है लक्षदीप से मालदीप आइलैंड नहीं इतने नहीं है इतने नहीं है ये भी गलत है अंदमान एंड निकोबार आइलैंड्स इतने अंदमान निकोबार आइलैंडसा इतने भी नहीं है आंसर अपने आप आ गया जी बी गल्फ ऑफ मनारा एक पास पास बे ऑफ बंगाल ਹੁਣ ਉਹ ਪਰ ਮੈਪ ਵੀ ਦੇਖ ਲੈਂਦੇ ਹਾਂ ਦੇਖੋ ਜੀ ਜਿਹੜਾ ਪਾਕ ਬੇ ਆ ਜਾਂ ਪਾਕ ਸਟ੍ਰੇਟ ਕਹ ਲਈਏ ਉਹ ਸੈਪਰੇਟ ਕਰਦਾ ਇੰਡੀਆ ਤੇ ਸ਼੍ਰੀਲੰਕਾ ਨੂੰ ਇਹ ਪ੍ਰਸ਼ਨ ਆ ਸਕਦਾ ਉਹ ਕਿਹੜੀ ਬੇ ਆ ਉਹ ਕਿਹੜਾ ਸਟ੍ਰੇਟ ਆ ਜਿਹੜਾ ਇੰਡੀਆ ਤੇ ਸ਼੍ਰੀਲੰਕਾ ਨੂੰ ਸੈਪਰੇਟ ਕਰਦਾ ਉਹ ਹੈ ਜੀ ਪਾਕ ਬੇ ਇਟ ਲਾਈਜ਼ ਬਿਟਵੀਨ ਦਾ ਗਲਫ ਆਫ ਮੰਨਾਰ ਆ ਦੇਖੋ ਜੀ ਆ ਗਲਫ ਆਫ ਮੰਨਾਰ ਇਧਰਲੇ ਪਾਸੇ ਠੀਕ ਤੇ ਦੂਜੀ ਪਾਸੇ ਕੀ ਹੈ ਇੱਥੇ ਬੇ ਆਫ ਬੰਗਾਲ ਇੱਥੇ ਤਾਂ ਦਾ ਪਾਕ ਸਟ੍ਰੇਟ ਆ ਜਾ ਪਾਕ ਸਟ੍ਰੇਟ ਜਾਂ ਪਾਕ ਬੇ ਹਰ ਹਮੇਸ਼ਵਰਮ ਇਹ ਕਾਫੀ ਨਿਊਜ਼ ਵਿੱਚ ਰਹਿੰਦਾ ਸੀ ਗੱਲ ਇਹ ਹੋ ਰਹੀ ਸੀ ਨਾ ਕਿ ਜਦੋਂ ਆਪਾਂ ਕਿਸ਼ਤੀਆਂ ਲੈ ਕੇ ਜਾਂਦੇ ਹਾਂ ਤਾਂ ਸਾਨੂੰ ਸ਼੍ਰੀਲੰਕਾ ਦੇ ਉੱਪਰੋਂ ਦੀ ਜਾਣਾ ਪੈਂਦਾ ਆ ਤਾਂ ਕਹਿੰਦੇ ਇੱਥੇ ਆ ਜਿਹੜਾ ਏਰੀਆ ਆ ਇਹਨੂੰ ਇਹਨੂੰ ਤੋੜਫੋੜ ਕਰ ਤੋਂ ਇਹ ਦੇ ਵਿੱਚ ਪ੍ਰੋਪਰ ਰਸਤਾ ਬਣਾ ਲਓ ਪਾਕਵੇ ਦੇ ਥਰੂ ਇਹ ਕਾਫੀ ਨਿਊਜ਼ ਵਿੱਚ ਰਹਿੰਦਾ ਪਾਕਪੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਕਿੱਥੇ ਆ ਇਹ ਪਾਕ ਦਿਖਾੜੀ ਅਗਲਾ ਪ੍ਰਸ਼ਨ ਦੇਖੋ ਜੀ 에ਰਫ ਆਊਟਲਾਈਨ ਮੈਪ ਆਫ ਨਾਰਥਰਨ ਸ਼੍ਰੀਲੰਕਾ ਨਾਰਥਰਨ ਸ਼੍ਰੀਲੰਕਾ ਦੀ ਗੱਲ ਹੋ ਰਹੀ ਹੈ ਜੀ ਕਹਿੰਦਾ ਇਹਦੇ ਵਿੱਚ ਜਾਫਨਾ ਦੱਸੋ ਕਿੱਥੇ ਆ ਜਾਫਨਾ A B C ਤੇ D ਹੁਣ ਇਹ ਜਾਫਨਾ ਕਾਫੀ ਨਿਊਜ਼ ਵਿੱਚ ਸੀ ਕਿਉਂ ਕਿ ਕਿਉਂਕਿ ਇੱਥੇ ਇਹ LTT E ਜਿਹੜੇ ਉਗਰਵਾਦੀ ਸੀ ਉਹਨਾਂ ਦਾ ਸਟਰੋਂਗ ਹੋਲਡ ਸੀ ਜਾਫਨਾ ਤੇ LTT E ਦਾ ਕੀ ਹੈ ਜੰਗ ਚੱਲ ਰਹੀ ਸੀ ਸ਼੍ਰੀਲੰਕਾ ਦੇ ਨਾਲ ਸ਼੍ਰੀਲੰਕਨ ਸਰਕਾਰ ਦੇ ਨਾਲ ਤੇ ਉਸ ਵੇਲੇ ਨਿਊਜ਼ ਵਿੱਚ ਸੀ ਤਾਂ ਤੁਸੀਂ ਜੇ ਮੈਪ ਦੇਖਿਆ ਹੋਵੇਗਾ 96 ਵਿੱਚ ਜਦੋਂ ਨਿਊਜ਼ ਵਿੱਚ ਸੀ ਤਾਂ ਇਹ ਆ ਜੀ D ਇੱਥੇ ਸੀ ਜਾਫਨਾ ਜਾਫਨਾ ਇੱਥੇ ਸੀ D ਤੇ ਦੇਖਦੇ ਆ ਆਹ ਦੇਖੋ ਨਾ ਹਾ ਨਾਰਥਰਨ ਸ਼੍ਰੀਲੰਕਾ ਦਾ ਮੈਪ ਆ ਜੀ ਠੀਕ ਨਿਓ ਦੇ ਵਿੱਚ ਰਹਿੰਦਾ ਸੀ ਤੇ ਉਸ ਵਿੱਚ ਆਇਆ ਜੀ ਜਾਪਨਾ ਠੀਕ ਓਕੇ ਅਗਲਾ ਦੇਖੋ ਜੀ ਅਬਾਊਟ 50% ਆਫ ਵਰਲਡ ਪੋਪੂਲੇਸ਼ਨ ਇਜ਼ ਕਨਸੈਂਟਰੇਟਡ ਬੀਟਵੀਨ ਦਾ ਲੈਟੀਟਿਊਡ ਆਫ ਦਾ ਸੋ ਜੀ ਆ ਹੈਗਾ ਵਰਲਡ ਦਾ ਮੈਪ ਠੀਕ ਆ ਵਰਲਡ ਆ ਚਲੋ ਆ ਵਰਲਡ ਆਪਾਂ ਧਰਤੀ ਬਣਾ ਲਈ ਆ 0 ਡਿਗਰੀ ਆ ਠੀਕ ਆ ਆ 30 ਡਿਗਰੀ ਆ ਹਨਾ ਆ 60 ਡਿਗਰੀ ਆ ਤੇ a 90 ਇੱਥੇ ਹੋ ਗਿਆ ਠੀਕ ਹੈ ਜੀ ਕਹਿੰਦਾ ਵੀ ਦੱਸੋ ਵੀ 50% ਦੀ ਪਾਪੂਲੇਸ਼ਨ ਸੰਸਾਰ ਦੀ ਕਿੱਥੇ ਕਿ ਰਹਿੰਦੀ ਹੈ ਦੇਖੋ ਆ ਸਾਊਥ ਵਿੱਚ ਤਾਂ ਨਹੀਂ ਰਹਿੰਦੀ ਜੀ ਸਾਊਥ ਵੱਲ ਆਪਾਂ ਜਾਣਾ ਹੀ ਨਹੀਂ ਕਿਉਂਕਿ ਧਰਤੀ ਇੱਥੇ ਹੈ ਜ਼ਿਆਦਾ ਨਾਰਥ ਵੱਲ ਤੇ ਨਾਰਥ ਵੱਲ ਹੀ ਆਨਸਰ ਹੋਣਾ ਚਾਹੀਦਾ 5 ਤੋਂ 20 ਡਿਗਰੀ 5 ਤੋਂ 20 ਡਿਗਰੀ ਤਾਂ ਹੋ ਗਿਆ ਇਕਵੇਟਰ ਲਾਗੇ ਇਕਵੇਟਰ ਲਾਗੇ ਤੁਸੀਂ ਦੇਖੋਗੇ ਨਾ ਸਾਊਥ ਅਫਰੀਕਨ ਦੀਆਂ ਕੁਝ ਕੰਟਰੀਆਂ ਆ ਤੁਸੀਂ ਤਾਂ ਅੰਦਾਜ਼ਾ ਜਾਂ ਮਾਰਨਾ ਹੈ ਕਿ ਦੇਖੋ ਜਿੱਥੇ ਕਿ ਇੰਡੀਆ ਆਉਂਦਾ ਨਾ ਉਹ ਉਹ ਲਾਤੀ ਜਿਹੜੀ ਪਾਪੂਲੇਸ਼ਨ ਜ਼ਿਆਦਾ ਹੈ ਹੁਣ ਇੰਡੀਆ ਕਿੱਥੇ ਆਉਂਦਾ ਆ 20 ਤੋਂ 40 ਵਿੱਚ ਜਾਂ 40 ਤੋਂ 60 ਵਿੱਚ ਦੇਖੋ ਜੀ 100 ਤੋਂ ਵਿੱਚ ਹੈ ਨਹੀਂਗਾ ਇਕਵੇਟਰ ਲੱਗੇ ਨਹੀਂ ਆ ਆਨਸਰ ਫਾਜਣਾ ਤੁਹਾਡਾ 40 ਡਿਗਰੀ ਤੇ 60 ਡਿਗਰੀ ਤੇ 20 ਡਿਗਰੀ ਤੇ 40 ਡਿਗਰੀ ਦੇ ਵਿਚਕਾਰ 20 ਤੇ 40 ਜਾਂ 40 ਜਾਂ 60 ਆਨਸਰ ਹੈ ਜੀ 20 ਤੇ 40 ਦੇ ਵਿਚਕਾਰ 20 ਤੇ 40 ਡਿਗਰੀ ਦੇ ਵਿਚਕਾਰ ਨਾਲ ਇੱਥੋਂ ਸ਼ੁਰੂ ਕਰ ਲਓ 20 ਤੋਂ 40 ਦੇ ਵਿਚਕਾਰ ਤੁਹਾਡਾ पापुलेशन ज्यादा आ जी पूरे वर्ल्ड की पाँ परसेंट पापुलेशन इस, इस जीचिच्यूड है जी। भी तो 40 डिग्री ना डिग्री नॉर्थ याद रख लेना अगे देखो दे आर पीपल ऑफ जैलो कंपलैक्शन रंग थोड़ा पीला पीला ओबलीक आईस अखा थोड़िया टेढ़िया हाई चीक बोन गलों के थले जहाँ हड्डी आोड़ी ज्यादा आपार्स हेयर ज़्यादा संघने बाल नहीं ਮੀਡੀਅਮ ਹਾਈਟ ਹਾਈਟ ਵੀ ਜਿਆਦਾ ਉੱਚੀ ਨਹੀਂ ਦੋਸਤੋ ਜੀ ਇਹ ਕਿੰਨਾ ਦੀ ਗੱਲ ਹੋ ਰਹੀ ਆ ਨਾਰਡਿਕ ਆਰੀਅਨਸ ਦੀ ਦੇਖੋ ਆਰੀਅਨਸ ਦੇ ਬਹਾਲਾਂ ਦੇ ਜਿਹੜੇ ਉਹ ਥੋੜੇ ਹੁੰਦੀ ਆ ਜੀ ਬਲੌਂਡ ਕਾਲੇ ਨਹੀਂ ਹੁੰਦੇ ਤੇ ਆਰੀਅਨਸ ਕੱਦ ਕਾਟ ਦੇ ਵੀ ਉੱਚੇ ਲੰਬੇ ਹੁੰਦੇ ਆ ਤਾਂ ਇਹਨਾਂ ਦੀ ਮੀਡੀਅਮ ਹਾਈਟ ਨਹੀਂ ਠੀਕ ਠਾਕ ਹਾਈਟ ਹੁੰਦੀ ਆ ਤੇ ਅੱਖਾਂ ਵੀ ਗੋਲ ਗੋਲ ਆ ਨੀਲੀਆਂ ਹੁੰਦੀਆਂ ਆ ਅੱਛਾ ਜੀ ਅੱਗੇ ਦੇਖੋ ਆਸਟ੍ਰਿਕਸ ਇਹ ਵੀ ਆਦੀਵਾਸੀ ਆ ਆਦੀਵਾਸੀ ਰੰਗ ਥੋੜਾ ਸਾਉਮਲਾ ਇਨਰਾਂ ਰੰਗ ਪੀਲਾ ਨਹੀਂ ਰੰਗ ਥੋੜਾ ਸਾੰਬਲਾ ਹੈ ਜੀ ਇਹ ਸਾਡੇ ਨਾਰਥ-ਈਸਟ ਮੈਨਮਾਰ ਸਾਡ ਸਾਈਡ ਇਹ ਰਹਿੰਦੇ ਜੀ ਆਸਟ੍ਰਿਕ ਸਾਡੇ ਝਾਰਖੰਡ ਸਾਈਡ ਵੀ ਜਿਹੜੇ ਆਦੀਵਾਸੀ ਆ ਆਸਟ੍ਰਿਕ ਟਾਈਪ ਆ ਜੀ ਨੀਗਰੋਇਡ ਤਾਂ ਬਿਲਕੁਲ ਕਾਲੇ ਹੁੰਦੇ ਆ ਇਹ ਵੀ ਨਹੀਂ ਠੀਕ ਹੈ ਜੀ ਠੀਕ ਹੈ ਮੰਗੋਲੋਇਡ ਮੰਗੋਲੋਇਡ ਤੁਸੀਂ ਦੇਖੋ ਥੋੜੇ-ਥੋੜੇ ਅੱਖਾਂ ਟੇਡੀਆਂ ਛੋਟੀਆਂ ਅ ਟੇਡੀਆਂ ਅੱਖਾਂ ਗੱਲਾਂ ਥੱਲੇ ਹੱਡੀ ਵੱਡੀ ਆ ਬਾਲ ਸਪੇਸਾ ਮੀਡੀਅਮ ਹਾਈਟ ਆ ਇਹਨੇ ਜਿਆਦਾ ਹਾਈਟ ਨਹੀਂ ਜੈਲੋ ਕੰਪਲੈਕਸ਼ਨ ਤੇ ਜਦੋਂ ਤੁਸੀਂ ਥੋੜਾ ਦਿਮਾਗ ਲਾਉਂਗੇ ਤਾਂ A ਤੇ D ਵਿੱਚੋਂ D ਆਨਸਰ ਆ ਜਾਂਦਾ ਜੀ ਮੰਗਲੋਇਡ ਆਰਾਮ ਨਾਲ ਮੰਗਲੋਇਡ ਆ ਜੀ ਇਹ ਮੰਗੋਲ ਜਿਹਨੂੰ ਆਪਾਂ ਕਹਦੀ ਹੈ ਕੰਸਿਡਰ ਦਾ ਮੈਪ 기ਵਨ ਬਿਲੋ ਦੱਸੋ ਜੀ ਦਾ ਰਿਵਰ ਸ਼ੋਨ ਔਨ ਦਾ ਮੈਪ ਇਜ਼ ਆ ਇੱਕ ਮਿਆਂਮਾਰ ਦੇਸ਼ ਆ ਜੀ ਉਸ ਮਿਆਂਮਾਰ ਦੇਸ਼ ਤੇ ਈਸਟਰਨ ਵਾਲੇ ਪਾਸੇ ਵਿੱਚ ਆ ਇੱਕ ਰਿਵਰ ਦਿੱਤੀ ਆ ਦੱਸੋ ਜੀ ਕਿਹੜੀ ਰਿਵਰ ਆ ਹੈ ਈਰਾਵਦੀ ਹੁਣ ਸਾਰਿਆਂ ਨੇ ਪੜਿਆ ਹੋਣਾ ਈਰਾਵਦੀ ਰਿਵਰ ਬੜੀ ਇੰਪੋਰਟੈਂਟ ਆ ਮੈਨਮਾਰ ਦੀ ਪਰ ਉਹਨਾ ਸੈਂਟਰ ਚ ਹੋ ਕੇ ਗੁਜ਼ਰਦੀ ਆ ਇਹਦਾ ਬੜੀ ਨਹੀਂ ਆ ਜੀ ਪਰਹੇਜ ਕਰਿਓ ਇਦਾਂ ਪਾਬੂ ਕੋ ਕੇ ਆਂਸਰ ਨਹੀਂ ਲਾਉਣਾ ਜੇ ਤੁਹਾਨੂੰ ਫੈਕਚਰ ਪ੍ਰਸ਼ਨ ਆਉਂਦੇ ਆ ਤਾਂ ਲਾਇਓ ਨਹੀਂ ਤਾਂ ਛੱਡ ਦਿਓ ਮਿਕੋਂਗ ਨਹੀਂ ਮਿਕੋਂਗ ਵੀ ਨਹੀਂ ਮਿਕੋਂਗ ਇੱਥੋਂ ਜਾਂਦੀ ਆ ਜੀ ਬਾਉਂਡਰੀ ਤੋਂ ਥੋੜਾ ਚਾਓ ਪਰਾਇਆ ਸਾਲਵਿਨ ਇਹ ਆ ਜੀ ਸਾਲਵਿਨ ਡੀ ਸਾਲਵਿਨ ਨਦੀਵਾਰ ਆ ਜੀ ਇਹ ਆਂਦਾਇ ਕਰ ਦਿਓ ਨਹੀਂ ਤਾਂ ਛੱਡ ਦਿਓ ਆ ਥੋੜਾ ਦੇਖ ਲਓ ਆ ਮੈਨਮਾਰ ਦਾ ਦੇਖੋ ਮੈਪ ਆ ਆ ਇਹਦਾ ਬੜੀ ਆ ਜੀ ਮੈਨ ਇੱਥੋਂ ਦੀ ਸੈਂਟਰ ਚ ਹੋ ਕੇ ਜਾਂਦੀ ਤੇ ਤੇ ਆ ਜੀ ਬਿਲਕੁਲ ਈਸਟ ਵਲ ਹੈ ਜੀ ਸਾਲਵਿਨ ਰਿਵਰ ਆਕੇ ਦੇਖੋ ਫਰਮ ਅਕੇ ਇਨ ਦਾ ਫਾਰ ਨਾਰਥ ਵੈਸਟ ਉੱਤਰ ਪੱਛਮ ਵਿੱਚ ਅਕੇ ਰੀਜਨ ਆ ਟੂ ਟੋਰੇਸਟ ਸਟ੍ਰੇਟ ਟੋਰੇਸਟ ਸਟ੍ਰੇਟ ਇੱਕ ਸਟ੍ਰੇਟ ਆ ਈਸਟ ਵਿੱਚ ਇਹ ਪੂਰਾ ਏਰੀਆ 5000 ਮਾਈਲ ਮੀਲ ਦਾ ਹੋ ਗਿਆ ਜੀ ਜੇ ਦੇਖਿਆ ਜਾਵੇ ਇਹ ਲੰਡਨ ਤੋਂ ਬਗਦਾਦ ਤੱਕ ਦਾ ਏਰੀਆ ਹੋ ਗਿਆ ਇਹਦੇ ਵਿੱਚ ਕਿੰਨੇ ਕਿੰਨੇ ਛੋਟੇ ਛੋਟੇ ਆਈਲੈਂਡ ਆ ਛੋਟੇ ਛੋਟੇ ਟਾਪੂ ਆ ਉਹ ਮਿਲ ਕੇ तकरीबन 14000 ਟਾਪੂ ਮਿਲ ਕੇ ਪੂਰਾ ਗਰੁੱਪ ਬਣਾਉਂਦੇ ਜੀ ਪੂਰਾ ਏਰੀਆ ਬਣਾਉਂਦੇ ਆ ਤੇ ਸਮ ਮੇਅਰ ਇੱਕ ਟੂ ਵਾਲੀਆ ਰੌਕਸ ਆ ਕੋਈ ਛੋਟੇ ਛੋਟੇ ਪੱਥਰਾਂ ਚਟਾਨਾਂ ਆ ਜਿਆਦੇ ਵੱਡੇ ਨਹੀਂ ਤੇ ਕਈ ਹੈ ਕਈ ਬਹੁਤ ਵੱਡੇ ਵੱਡੇ ਟਾਪੂ ਵੀ ਆ ਦੱਸੋ ਜੀ ਇਹ ਇੱਕ ਹੀ ਸੇਰੀ ਦੀ ਗੱਲ ਹੋ ਰਹੀ ਆ ਕਿ ਇਹ ਵੈਸਟ ਇੰਡੀਜ਼ ਦੀ ਗੱਲ ਹੋ ਰਹੀ ਆ ਕਿ ਇਹ ਜਾਪਾਨ ਦੀ ਗੱਲ ਹੋ ਰਹੀ ਆ ਫਿਲੀਪਾਈਨਸ ਦੀ ਗੱਲ ਹੋ ਰਹੀ ਆ ਜਾਂ ਇੰਡੋਨੇਸ਼ੀਆ ਦੀ ਗੱਲ ਹੋ ਰਹੀ ਆ ਇਹ ਜੀ ਇੰਡੋਨੇਸ਼ੀਆ ਦੀ ਗੱਲ ਹੋ ਰਹੀ ਆ ਇੰਡੋਨੇਸ਼ੀਆ ਇੰਡੋਨੇਸ਼ੀਆ इतने किोटे छोटे टापू आखो ना तुझी मैप तो मैप देख ली आप इतने जी थोड़ी स्टेट, आज स्टेट, टौरे स्टेट, टौरे स्टेट है। आ जी स्टेट मैं की टॉरस स्टेट टॉरस स्टेट इतने आस्ट्रेलिया अलग करती हुई स्टेट आ इतरस स्टेट इतने हो गई तो अके जो प्रोविंस आ गया ये इंडोनेशिया का एक स्टेट आ जी इंडोनेशिया का एक प्रोविंस आतों लैके इतने तक फैलिया हो जी ये आलमोस्ट सारा की है इंडोनेशिया है ना इंडोनेशिया के टापू आ सारे काफ़ी दूर तक फैले हुए आ ਹੁਣ ਤੁਸੀਂ ਪੜ੍ਹ ਲੈਣਾ ਜੀ ਕਿਹੜਾ ਕਿਹੜਾ ਹੋ ਗਿਆ ਜੀ ਅਕੇ ਰੀਜ਼ਨ ਹੋ ਗਿਆ ਇੰਡੋਨੇਸ਼ੀਆ ਦਾ ਨਾਰਥ-ਵੈਸਟ ਵਿੱਚ ਤੇ ਟੂਰਿਸਟ ਸਟੇਟ ਹੋ ਗਿਆ ਆਸਟ੍ਰੇਲੀਆ ਤੋਂ ਅਲੱਗ ਕਰਤਾ ਇੰਡੋਨੇਸ਼ੀਆ ਨੂੰ ਠੀਕ ਹੈ ਜੀ ਠੀਕ ਹੈ ਜੀ ਅੱਜ ਲਈ ਇੰਨਾ ਹੀ ਰਹਿਣ ਦਿੰਦੇ ਆਂ ਬਾਕੀ ਨੈਕਸਟ ਸਲੱਟ ਕਰਾਂਗੇ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ